ਦੇਖੋ ਮੀਟਿੰਗ ਨਹੀਂ ਹੋਈ ਹੈ ਸਾਡੀ ਅੱਜ ਅੱਜ ਅਸੀਂ ਨਾ ਉਹਨਾਂ ਨੇ ਦੋ ਤਿੰਨ ਦਿਨ ਦਾ ਜਿਹੜਾ ਸਮਾਂ ਮੰਗਿਆ ਸੀ ਨਾ ਸਾਨੂੰ ਵਰਕਿੰਗ ਡੇ ਅੱਜ ਦਾ ਸਮਾਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਅਤੇ ਅਚਾਨਕ ਪਤਾ ਨਹੀਂ ਕੀ ਹੋਇਆ ਉਹਨਾਂ ਨੇ ਕਿਹਾ ਕਿ ਦੋ ਦਿਨ ਦਾ ਸਮਾਂ ਹੋਰ ਚਾਹੀਦਾ ਸ਼ਾਇਦ ਹੋ ਸਕਦਾ ਕਿ ਸਹਿਜ ਅਰੋੜਾ ਜਿਹੜਾ ਹੈ ਨਾ ਉਹ ਆਪਣੀ ਇਸ ਗੱਲਬਾਤ ਤੋਂ ਭੱਜਦਾ ਪਿਆ ਅਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਇਸ ਚੀਜ਼ ਨੂੰ ਜਿੰਨਾ ਲੇਟ ਕਰੇਗਾ ਉੱਨੀ ਸਮੱਸਿਆ ਜਿਹੜੀ ਤੇਰੇ ਲਈ ਜ਼ਿਆਦਾ ਆ ਕਿਉਂਕਿ ਇਸ ਚੀਜ਼ ਦੀ ਹੱਲ ਇੱਕੋ ਹੀ ਹੈ ਜਾਂ ਮਾਫ਼ੀ ਮੰਗ ਲਊਗਾ ਜਾਂ ਸਿੱਖੀ ਤੋਂ ਜਿਹੜਾ ਤੇਰਾ ਨਜਾਇਜ਼ ਨਾਤਾ ਬਣਿਆ ਹੋਇਆ ਉਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਤੂੰ ਆਪਣੇ ਰਸਤੇ ਅਤੇ ਅਸੀਂ ਆਪਣੇ ਰਸਤੇ ਪਰ ਪਤਾ ਨਹੀਂ ਕੀ ਕਾਰਨ ਹੈ ਕਿ ਉਹ ਪਿੱਛੇ ਇਹਨਾਂ ਚੀਜ਼ਾਂ ਤੋਂ ਵਾਰ ਵਾਰ ਕੋਈ ਨਾ ਕੋਈ ਤਰੀਕਾ ਬਣਾ ਕੇ ਪਿੱਛੇ ਹਟ ਜਾਂਦਾ ਜਦ ਸਮਾਂ ਦਿੱਤਾ ਇੱਥੇ ਥਾਣੇ ਜਾਣਾ ਬਣਦਾ ਸੀਗਾ ਮਗਰ ਉਹ ਨਹੀਂ ਆਇਆ ਫਿਰ ਸਾਡੇ ਕੋਲ ਤਾਂ ਉਹਦੇ ਹੋਰ ਵੀ ਮੈਟਰ ਕੋਈ ਨਾ ਕੋਈ ਆ ਹੀ ਰਹੇ ਨੇ ਅਤੇ ਅਸੀਂ ਉਹਨਾਂ ਚੀਜ਼ਾਂ ਨੂੰ ਫਿਰ ਪਬਲਿਕ ਵੀ ਕਰਾਂਗੇ ਕਿਉਂਕਿ ਕੀ ਹੁੰਦਾ ਜਦੋਂ ਅਸੀਂ ਕੋਈ ਗੱਲ ਰੱਖਣੀ ਹੈ ਤਾਂ ਸਾਨੂੰ ਕੋਲ ਸਵਾਲ ਹੁੰਦੇ ਆ ਜਦੋਂ ਤੁਸੀਂ ਸਵਾਲ ਕਰੋਗੇ ਤਾਂ ਮੇਰਾ ਲਾਜ਼ਮੀ ਹੈ ਕਿ ਮੈਂ ਅੱਗੇ ਉਹਨਾਂ ਦਾ ਜਵਾਬ ਦਊਂਗਾ ਕਿਉਂਕਿ ਮੇਰੀ ਕੋਈ ਮਜਬੂਰੀ ਨਹੀਂ ਹੈ ਮੇਰਾ ਕੋਈ ਕਾਰਨ ਨਹੀਂ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਇਹਦੇ ਨਾਲ ਹਾਂ ਜੇ ਇਸ ਬੰਦੇ ਨੂੰ ਲੱਗਦਾ ਆ ਕਿ ਇਹ ਸਹੀ ਹੈ ਤਾਂ ਆਪਣਾ ਪੱਖ ਰੱਖ ਲਵੇ ਆ ਕੇ ਸਾਡੇ ਮੂਹਰੇ ਜਾਂ ਸਾਨੂੰ ਸਾਬਤ ਕਰ ਦੇਵੇ ਹਾਂਜੀ ਸਾਨੂੰ ਪ੍ਰਸ਼ਾਸਨ ਦੀ ਗੱਲ ਮੰਨਣੀ ਪੈਣੀ ਹੈ ਤਾਂ ਅਸੀਂ ਦੋ ਦਿਨ ਦਾ ਜਿਹੜਾ ਹੋਰ ਸਮਾਂ ਅੱਗੇ ਉਹਨਾਂ ਨੇ ਮੰਗਿਆ ਹੁਣ ਅਗਲੀ ਮੀਟਿੰਗ ਅਸੀਂ 18 ਨੂੰ ਕਰਾਂਗੇ ਫਿਰ ਅਸੀਂ ਵੀ ਇੱਕ ਅੱਧਾ ਦਿਨ ਬੀਜ਼ੀ ਹਾਂ ਕਿਉਂਕਿ ਕੱਲ੍ਹ ਸੋਸ਼ਲ ਮੀਡੀਆ 'ਤੇ ਦੋਨੋਂ ਹਸਬੈਂਡ ਵਾਈਫ ਲਾਈਵ ਹੋ ਕੇ ਆਏ ਸੀ ਕਹਿੰਦੇ ਕਿ ਅਸੀਂ ਕੱਲ੍ਹ ਤੱਕ ਜਾਵਾਂਗੇ ਜੀ ਜੀ ਕਿਉਂਕਿ ਸਭ ਤੋਂ ਉੱਪਰ ਉਹ ਹੈਗਾ ਵੈ ਜੀ ਜੀ ਉੱਥੇ ਜਾ ਕੇ ਇਹ ਚੀਜ਼ ਕਵਾਂਗੇ ਨਹੀਂ ਬਿਲਕੁਲ ਠੀਕ ਹੈ ਸਰਵੋਚ ਸੰਸਥਾ ਹੈਗੀ ਸਾਡੀ ਸਰ ਉੱਥੇ ਇਹਨਾਂ ਨੂੰ ਜਾਣ ਦੀ ਬਜਾਏ ਮੈਂ ਚਾਹੁੰਦਾ ਕਿ ਇਹ ਕੌਣ ਹੁੰਦੇ ਕਿ ਉੱਧਰ ਜਾਣ ਉੱਥੇ ਫਰਮਾਨ ਜਾਰੀ ਹੋਣਾ ਚਾਹੀਦਾ ਕਿ ਇਹ ਕਰਤੂਤਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਕੋਈ ਆਪਣੇ ਸਿਧਾਂਤਾਂ ਤੋਂ ਬਾਹਰ ਨਹੀਂ ਚੱਲਦੇ ਪਏ ਹਾਂ ਸਾਨੂੰ ਵੀ ਪਤਾ ਕਿ ਸਾਡੇ ਸਿਧਾਂਤਾਂ ਦੇ ਮੁਤਾਬਕ ਅਸੀਂ ਗੱਲ ਰੱਖ ਰਹੇ ਹਾਂ ਸਾਡੀ ਕੋਈ ਨਿੱਜੀ ਰੰਜਿਸ਼ ਤਾਂ ਹੈ ਨਹੀਂ ਸੋ ਉੱਥੋਂ ਵੀ ਇਹੀ ਫੈਸਲਾ ਆਉਣਾ ਚਾਹੀਦਾ ਅਤੇ ਆਊਗਾ ਵੀ ਸਾਨੂੰ ਪਤਾ ਹੀ ਹੈ ਅਤੇ ਜੇ ਉਹਨਾਂ ਚੀਜ਼ਾਂ ਤੋਂ ਸੋਚਦਾ ਕਿ ਇੱਦਾਂ ਹੀ ਕਿਸੇ ਤਰੀਕੇ ਨਾਲ ਮੈਨੇਜ ਹੋ ਜਾਣੀ ਚੀਜ਼ਾਂ ਸਭ ਕੁਝ ਇੱਦਾਂ ਮੈਨੇਜ ਨਹੀਂ ਹੁੰਦਾ ਅਤੇ ਸੰਸਥਾਵਾਂ ਤਾਂ ਖਾਸ ਤੌਰ 'ਤੇ ਮੈਨੇਜ ਨਹੀਂ ਹੁੰਦੀਆਂ ਬੰਦ ਦੀਆਂ ਸਜ਼ਾਵਾਂ ਲੱਗਣਗੀਆਂ ਇਹਨੂੰ ਆਪਣੇ ਮਾੜੇ ਕੰਮ ਛੱਡਣੇ ਹੀ ਪੈਣੇ ਆ ਜੇ ਅਕਾਲ ਤਖਤ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਨਾ ਤੇ ਮਾੜੇ ਕੰਮ ਛੱਡ ਦੇਵੇ ਬੰਦਾ ਬਣ ਜਾਵੇ ਗੱਲ ਮੁਕਦੀ ਅਸੀਂ ਕੰਪਲੇਂਟ ਦਿੱਤੀ ਹੋਈ ਹੈ ਕੰਪਲੇਂਟ ਦੇ ਉੱਤੇ ਜਦ ਤੱਕ ਉਹਨਾਂ ਨੇ ਉਹਦਾ ਵਰਜਨ ਨਹੀਂ ਨਾ ਲੈਣਾ ਤਦ ਤੱਕ ਅਗਲੀ ਕਾਰਵਾਈ ਉਹ ਆਮ ਤੌਰ 'ਤੇ ਨਹੀਂ ਹੁੰਦੀ ਆਮ ਤੌਰ 'ਤੇ ਵੈਸੇ ਕਰਨੀ ਚਾਹੁੰਦੇ ਤਾਂ ਹੋ ਵੀ ਸਕਦੀ ਤੁਸੀਂ ਜਿਹੜਾ ਹੁਣ ਦੋ ਦਿਨ ਦਾ ਸਮਾਂ ਦੇਖਿਆ ਅੱਜ ਦਾ ਵੀ ਚਲੋ ਰੱਖਿਆ ਸਮਾਂ ਨਹੀਂ ਆਇਆ ਚਲੋ ਦੋ ਦਿਨ ਤੁਸੀਂ ਹੋਰ ਦੇ ਰਹੇ ਹੋ ਅਗਰ ਇੱਦਾਂ ਹੀ ਸਮਾਂ ਪਾਉਂਦੇ ਗਏ ਜਾਂ ਇੱਦਾਂ ਹੀ ਗੱਲਬਾਤ ਹੁੰਦੀ ਰਹੀ ਇਹ ਕਿ ਤੁਹਾਡੇ ਵੱਲੋਂ ਐਕਸ਼ਨ ਲਿੱਤਾ ਜਾਊਗਾ ਅਗਲੀ ਕਾਲ ਨਹੀਂ ਲਟਕਾਵਾਂਗੇ ਅਗਲੀ ਕਾਲ ਤੇ ਕੋਈ ਨਾ ਕੋਈ ਐਕਸ਼ਨ ਦੇ ਦਾਂਗੇ ਯਾਨੀ ਕਿ ਹੁਣ ਜਿਹੜਾ ਦੋ ਦਿਨਾਂ ਬਾਅਦ ਜਿਹੜੀ ਮੀਟਿੰਗ ਹੋਣੀ ਉਸ ਤੋਂ ਬਾਅਦ ਅੱਗੇ ਤੁਸੀਂ ਸਮਾਂ ਨਹੀਂ ਦੇਣਾ ਗੱਲਬਾਤ ਹੋਊਗੀ ਜਾਂ ਜੋ ਵੀ ਫੈਸਲਾ ਹਾਂਜੀ ਹਾਂਜੀ ਅਗਲਾ ਐਕਸ਼ਨ ਪ੍ਰੋਗਰਾਮ ਦੇਵਾਂਗੇ ਅੱਗੇ ਟਾਈਮ ਨਹੀਂ ਦੇਵਾਂਗੇ